ਮੈਂ ਤਾਂ ਬੱਸ ਦੇ ਵਿੱਚ ਜਾਣਾ ਬਲਜਿੰਦਰ, ਹੱਥ ਮੇ ਛਾਂ ਹੋ ਜਾਣੀ ਆ। ਮੈਂ ਕਿਹੜਾ ਧੁੱਪੇ ਤੱਕ ਜਾਣਾ, ਫਿਰ ਤੌਲੀਏ ਦੀ ਲੋੜ ਆ। ਮੈਂ ਜੇ ਧੁੱਪੇ ਲੋੜ ਆ ਤਾਂ ਮਾਤਾ, ਇੱਕ ਤਾਂ ਸਾਨੂੰ ਇਹਨੇ ਬਹੁਤ ਤੰਗ ਕੀਤਾ ਹੋਇਆ, ਪਤਾ ਨੀ ਕਿੱਥੇ ਕਿੱਥੇ ਵੜ ਜਾਂਦਾ ਖੁੱਡਾਂ ਚ ਇਹ। ਨਾਨੀ ਚੱਲੀ ਆ, ਮੂੰਹ ਹੋ ਗਏ ਇਹਨਾਂ ਦੇ ਵਿਚਾਰਾਂ ਦੇ ਢਿੱਲੇ। ਹੈਂ ਮਾਮੇ ਨੂੰ ਫੋਨ ਲਾ ਦੇ ਫਿਰ, ਕਹਿ ਮਾਮਾ ਕੱਲ ਨੂੰ ਭੇਜਾਂਗੇ। ਕੋਈ ਜਵਾਬ ਨੀ। ਹਾਂਜੀ ਇੱਕ ਦਿਨ ਹੋਰ ਰਹਿ ਪੈਣਾ ਸੀ ਬਸ, ਰਹਿ ਤਾਂ ਪੈਂਦੀ ਮੈਂ ਕੰਮ ਸਿਆ। ਹਾਂ ਉਹ ਜਵਰਾਜ ਬੈਠਾ ਉੱਥੇ ਟਿਊਸ਼ਨ ਤੇ। ਹੁਣ ਇੰਨੇ ਦਿਨ ਕਿਵੇਂ ਆਇਆ? ਤਿੰਨ ਦਿਨ ਉਹ ਤਿੰਨ ਦਿਨ ਆਇਆ ਨੀ, ਛੁੱਟੀਆਂ ਲੱਗ ਗਈਆਂ, ਬਹੁਤ ਘੱਟਾ ਪੈ ਗਿਆ ਟਿਊਸ਼ਨ ਦਾ। ਅਜੋ ਬੱਤ ਥੋੜੀ ਕਿੱਥੇ ਛੁੱਟੀਆਂ ਹੋਣਗੀਆਂ, ਆ ਜਾ ਫਿਰ ਆਵਾਂਗੇ। ਚੰਗਾ ਆਖੇ ਲੱਗਣਾ, ਸਿਆਣੇ ਬਣਨਾ ਚੰਗਾ, ਸਿਆਣੇ ਬੱਚੇ ਦੋਵੇਂ ਵੀਰੇ ਚ ਜੈਲੀ ਨਹੀਂ ਬਣਨਾ ਕੱਲ ਫਿਰ ਵਾਲੇ ਜੈਲੀ, ਠੀਕ ਹੈ ਜੈਲੀ ਨਹੀਂ ਬਣਨਾ ਹਨਾ। ਹਾਂਜੀ ਸਿਆਣੇ ਉਹ ਵੀ ਸਿਆਣਾ ਹੀ ਹੁੰਦਾ, ਉਹਨਾਂ ਉਹੀ ਕੁੱਟੀ ਜਾਂਦੇ ਹੁੰਦੇ ਆ। ਹਾਂ ਆਸੇ ਕਢਾਉਂਦੇ ਆ, ਆਸੇ ਕਢਾਉਂਦੇ ਆ। ਹਾਂ ਉਹ ਵੀ ਸਿਆਣਾ ਹੀ ਹੁੰਦਾ। ਨਾਨੀ ਕਿਹੜਾ ਆਖੇ ਲੱਗੀ ਹੈਗੀ, ਹੁਣ ਜਵਾਬ ਕੀ ਕਰਨ? ਢੀਠ ਨਾਨੀ ਬਣੀ ਬੈਠੀ ਹੈਗੀ, ਜਵਾਬ ਕੀ ਕਰਨ? ਹਾਂ ਢੀਠ ਨਾਨੀ ਬਣੀ ਬੈਠੀ ਹੈਗੀ, ਜਵਾਕ ਤਾਂ ਰੋਣੀ ਆ, ਫਿਰ ਮੰਨਦੀ ਨੀ ਗੱਲ। ਚੱਲ ਕੋਈ, ਉਹ ਕਹਿੰਦੇ ਨੇ ਅਸੀਂ ਮਾਮੇ ਨੂੰ ਫੋਨ ਕਰ ਦਿੰਦੇ ਵੀ ਰਹਿ ਪਾ। ਨਹੀਂ ਮਾਮਾ ਫਿਰ ਹੁਣ ਕੀ ਕਰੇ ਵਿਚਾਰਾ, ਹਿਸਾਬ ਕਰਦਾ ਕਾਦੋ ਲੈ ਕੇ ਉਹ 5 ਵਜੇ ਤੋਂ ਜਾਂਦਾ ਡੈਰੀ ਚ। ਚਲੋ ਬੈਠੋ ਗੱਡੀ ਚ। ਰੋਈ ਜਾਂਦੇ ਜਵਾਕ ਵਿਚਾਰੇ, ਨਾਨੀ ਮੰਨਦੀ ਨੀ ਇਹੀ ਗੱਲ। ਦਰਵਾਜ਼ਾ ਨਾਲ ਲੱਗ ਗਿਆ, ਕਿੱਧਰ ਖੁੱਲ ਗਿਆ? ਉਹ ਦਰਵਾਜ਼ਾ ਖੁੱਲਾ ਹੀ ਪਿਆ ਯਾਰ, ਕੰਮ ਹੀ ਕਰਾ ਤਾ ਕਾਣਾ ਬੱਸ ਦੇ ਵਿੱਚ। ਮੈਂ ਇਹਨੂੰ ਪਿੱਛੇ ਸਾਂਭੂ ਸਰ ਤੇ ਨਿਕਾਲ ਜਿੱਦ ਕਰਦੀ ਆ ਤੌਲੀਆ ਜਾਣਦੀ ਜਾਣਾ ਤਾਂ ਬੱਸਾਂ ਚ ਉੱਥੇ ਕਿਹੜੀ ਧੁੱਪ ਲੱਗਣੀ ਹੈ ਜੀ, ਬੱਸਾਂ ਦੇ ਵਿੱਚ ਕਿੱਥੇ ਧੁੱਪ ਲੱਗਣੀ ਹੈ? ਦੇਖ ਲਈ ਸਫਾਈ ਕਰੀ ਪਈ ਆ, ਪਨੀਰ ਲਾ ਕੇ ਮੋਟੇ ਕਰ ਜਾਓਗੇ, ਇਹ ਤੰਗ ਹੀ ਬਹੁਤ ਕਰਦੇ ਢਹਿ ਜਾਣੇ, ਉਹੀ ਬਾਹਲੀ ਗੱਲ, ਇਹ ਬਾਣੀ ਕਿਹੜੀ ਕੁੱਤੀ ਸੂਪੀ ਹੁਣ ਬਾਹਲੇ ਕਤੂਰੇ। ਹਾਂਜੀ ਠੀਕ ਹੈ, ਸਤਿ ਸ਼੍ਰੀ ਅਕਾਲ। ਇੱਕ ਤਾਂ ਸਾਨੂੰ ਇਹਨੇ ਬਹੁਤ ਤੰਗ ਕੀਤਾ ਹੋਇਆ, ਪਤਾ ਨੀ ਕਿੱਥੇ ਕਿੱਥੇ ਵੜ ਜਾਂਦਾ ਖੁੱਡਾਂ ਚ ਇਹ, ਇਹਨੂੰ ਕੱਢਣਾ ਬਹੁਤ ਔਖਾ ਹੋਇਆ ਪਿਆ, ਇਹਦਾ ਕਰਦੇ ਆ ਕੋਈ ਨਾ ਕੋਈ ਹੀਲਾ।